ਉਦਮ ਕਰਿੰਦਿਆ ਜੀਓ ਤੂੰ, ਉਦਮ ਕਰਿੰਦਿਆ ਜੀਓ ਤੂੰ, ਭੈਣੋ ਗਾਇਕੇ ਉਦਮ ਉਦਮ ਕਰਿੰਦਿਆ ਜੀਓ ਤੂੰ, ਉਦਮ ਕਰਿੰਦਿਆ ਜੀਓ ਤੂੰ, ਉਦਮ ਕਰਿੰਦਿਆ ਜੀਓ ਤੂੰ, ਕਮਾਉਂਦਿਆਂ ਸੋਹ ਪੁੰਜ ਧਿਆਇਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ ਤੁਹਾਡੇ ਪਿਤਾ ਜੀ, ਤੁਹਾਨੂੰ ਮਾੜੀ ਜੀ ਸ਼ਾਬਾਸ਼ ਦੇਣ ਕਿੰਨੀ ਖੁਸ਼ੀ ਹੁੰਦੀ। ਕੋਈ ਤੁਹਾਡੇ ਘਰ ਮਹਾਂਪੁਰਸ਼ ਆਵੇ, ਕੋਈ ਵੱਡਾ ਬੰਦਾ ਆਵੇ, ਤੁਹਾਨੂੰ ਸ਼ਾਬਾਸ਼ ਦੇ ਦੇਵੇ ਤਾਂ ਕਿੰਨੀ ਖੁਸ਼ੀ। ਇਹ ਤੁਹਾਨੂੰ ਗੁਰੂ ਗੋਬਿੰਦ ਸਿੰਘ ਸ਼ਾਬਾਸ਼ ਦਿੰਦੇ, ਜੀਓ ਤੂੰ ਦੀ ਸ਼ਾਬਾਸ਼। ਕਹਿੰਦੇ ਜਿਹੜਾ ਉਦਮ ਕਰਦਾ ਉਹਨੂੰ ਵੀ ਮੇਰੀ ਸ਼ਾਬਾਸ਼ ਹੈ। ਉਦਮ ਕਰਿੰਦਿਆ ਜੀਓ ਤੂੰ, ਉਦਮ ਕਰਿੰਦਿਆ ਜੀਓ ਤੂੰ, ਭੈਣੋ ਗਾਇਕੇ ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ, ਉਦਮ ਕਰਿੰਦਿਆ ਕੱਜ ਕੇ ਭੈਣੋ। ਇੱਕ ਤੁਸੀਂ ਨਾਂ ਸੁਣਿਆ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ, ਇਹਨਾਂ ਦੀਆਂ ਕਿਤਾਬਾਂ 'ਚ ਇੱਕ ਜ਼ਿਕਰ ਹੈ, ਇਹ ਸਰਹਾਲੀ ਅੰਮ੍ਰਿਤਸਰ ਦੀ ਇੱਕ ਬੀਬੀ ਗੁਰਦੀਪ ਕੌਰ ਦਾ ਨਾਂ ਲਿਖਿਆ। ਉਹ 8 ਦਿਨਾਂ ਦਾ ਨਾਮ ਕਮਾਈ ਅਭਿਆਸ ਸਮਾਗਮ ਸੀ ਰਾਮਪੁਰ ਖੇੜੇ। ਉਹਨੂੰ 6ਵੇਂ ਦਿਨ ਸਮਾਂ ਮਿਲਿਆ ਮਹਾਂਪੁਰਸ਼ਾਂ ਨਾਲ ਗੱਲ ਕਰਨ ਦਾ। ਉਹਨੇ ਗੱਲ ਕੀ ਕੀਤੀ ਬੀਬੀ ਗੁਰਦੀਪ ਕੌਰ ਨੇ, ਕਹਿੰਦੀ ਮਹਾਂਪੁਰਸ਼ੋ, ਸੰਤ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਵੇਲੇ ਪਤਾ ਨਹੀਂ ਮੈਨੂੰ ਇੱਕ ਪਿਆਰ ਆ ਗਿਆ, ਮੌਜ ਆ ਗਈ, ਅਤੇ ਮੈਂ ਸੁੱਖ ਲਿਆ ਕਿ ਮੈਂ 101 ਖੰਡ ਪਾਠ ਸਾਹਿਬ ਕਰਾਵਾਂਗੀ। ਉਹ ਬੀਬੀ ਨੇ ਸੁੱਖ ਲਿਆ ਗੁਰਦੀਪ ਕੌਰ ਸਰਾਲੀ ਦੀ। ਅਤੇ ਕਹਿੰਦੀ ਵੀ ਮੇਰਾ, ਮੈਂ ਸੰਗਤ ਕਰਦੀ ਸੰਤ ਗੁਰਬਚਨ ਸਿੰਘ ਜੀ ਮਹਾਂਪੁਰਸ਼ਾਂ ਦੀ, ਅਤੇ ਉਹਨਾਂ ਨੂੰ ਇੱਕ ਅੱਧੀ ਵਾਰੀ ਮੈਂ ਬੇਨਤੀ ਕੀਤੀ ਕਿ ਵੀ ਮੈਂ 101 ਖੰਡ ਪਾਠ ਸਾਹਿਬ ਕਰਾਉਣੇ ਨੇ, ਪਰ ਕਹਿਣ ਲੱਗੀ ਸਮਾਂ ਇਹੋ ਜਿਹਾ ਬਣ ਗਿਆ ਕਿ ਉਹ ਮਹਾਂਪੁਰਸ਼ ਚੋਲਾ ਬਦਲ ਗਏ, ਭੇਦ ਹੋ ਗਏ। ਕਹਿੰਦੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਸ਼,
ਕਹਿੰਦੀ ਦੋ ਢਾਈ ਮਹੀਨੇ ਬਾਅਦ ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਮਹਾਂਪੁਰਸ਼ੋ ਮੈਂ 101 ਅਖੰਡ ਪਾਠ ਇੰਜ ਸੁੱਖ ਲਏ ਨੇ ਅਤੇ ਤੁਸੀਂ ਸਾਰਾ ਕਰਵਾ ਦਿਓ ਅਤੇ ਉਹ ਕਹਿਣ ਲੱਗੀ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਂਪੁਰਸ਼ਾਂ ਨੇ ਮੈਨੂੰ ਇਹ ਆਖਿਆ ਵੀ ਸਾਡੇ ਰੁਝੇਵੇਂ ਬਹੁਤ ਹੈ ਸਾਡੇ ਰੁਝੇਵੇਂ ਬਹੁਤ ਨੇ ਅਤੇ ਜੇ 101 ਅਖੰਡ ਪਾਠ ਸਾਹਿਬ ਕਰਾਉਂਦੇ ਹਾਂ ਤਾਂ ਇੱਕ ਮਹੀਨਾ ਇੱਕੋ ਜਗ੍ਹਾ ਰੁਕਣਾ ਪਏ ਅਤੇ ਡਿਊਟੀਆਂ ਬਹੁਤ ਨੇ ਬਹੁਤ ਡਿਊਟੀਆਂ ਸੀ ਉਹਨਾਂ ਦੀਆਂ ਬਹੁਤ ਉਹਨਾਂ ਨੇ ਸੰਥਿਆ ਇਹ ਜਿੰਨੇ ਸਿੰਘ ਸਾਹਿਬ ਸਭ ਉੱਥੋਂ ਵਿਦਿਆ ਲਈ ਹੋਈ ਕਿਰਪਾ ਹੋਈ ਔਰ ਸਭ ਤੋਂ ਪਿੱਛੇ ਕਮਾਈਆਂ ਫਿਰ ਬਾਬਾ ਦੀਪ ਸਿੰਘ ਦੀਆਂ ਬੋਲਦੀਆਂ ਇਹ ਟਕਸਾਲ ਸਾਰੀ ਪਿੰਡਰਾਂ ਵਾਲੀ ਦਮਦਮੀ ਟਕਸਾਲ ਪਿੰਡਰਾਂ ਪਿੰਡ ਦਾ ਨਾਂ ਸੀ ਉੱਥੋਂ ਪਿੰਡਰਾਂ ਦਾ ਸ਼ੁਰੂ ਹੋ ਗਿਆ ਇਹ ਪਿੱਛੋਂ ਮੁਖੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਦੇ ਹੱਥ ਗੁਰੂ ਗੋਬਿੰਦ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਆਖਿਆ ਰੁਝੇਵੇਂ ਬੜੇ ਆ ਇੱਕ ਮਹੀਨਾ ਇੱਕ ਜਗ੍ਹਾ ਰੁਕਣਾ ਸਾਡਾ ਥੋੜ੍ਹਾ ਔਖਾ ਹੈ ਉਹ ਬੀਬੀ ਗੁਰਦੀਪ ਕੌਰ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲਿਆਂ ਨੂੰ ਰਾਮਪੁਰ ਖੇੜੇ 8 ਦਿਨ ਦਾ ਪ੍ਰੋਗਰਾਮ ਅਟੈਂਡ ਕਰਨ ਆਈ ਨਾਮ ਅਭਿਆਸ ਕਮਾਈ ਸਮਾਗਮ 8 ਦਿਨ ਦਾ ਹੁੰਦਾ ਉਹਨਾਂ 6ਵੇਂ ਦਿਨ ਉਹਨੂੰ ਸਮਾਂ ਮਿਲਿਆ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨਾਲ ਗੱਲ ਕਰਨ ਕਹਿਣ ਲੱਗੀ ਮਹਾਂਪੁਰਸ਼ੋ ਤੁਸੀਂ ਕਰਾ ਦਿਓ ਹੱਕ ਸਤਨਾਮ ਤੁਸੀਂ ਪ੍ਰਬੰਧ ਕਰਾ ਦਿਓ ਓਹੋ ਹੁਣ ਸੁਣਿਓ ਬਾਬਾ ਹਰਨਾਮ ਸਿੰਘ ਜੀ 2 ਮਿੰਟ ਸੋਚ ਕੇ ਕਹਿੰਦੇ ਬੀਬੀ ਸਰਾਲੀ ਤੋਂ ਆਈ ਹੈ ਜੀ ਗੁਰਦੀਪ ਕੌਰ ਨਾਂ ਹੈ ਕਹਿੰਦੀ ਇਹ ਮਹਾਂਪੁਰਸ਼ ਕਹਿਣ ਲੱਗੇ ਇਸ ਤਰ੍ਹਾਂ 101 ਅਖੰਡ ਪਾਠ ਕਰਾਓ ਚਲੋ ਚੰਗੀ ਗੱਲ ਹੈ ਪਰ ਬੀਬੀ ਅਗਰ ਹੋ ਸਕੇ ਤਾਂ ਕਿਸੇ ਕੋਲੋਂ ਕਰਾਉਣ ਨਾਲੋਂ ਚੰਗਾ ਜੇ ਕਿਤੇ ਤੂੰ ਆਪ ਕਰੇ ਸੁਣੇ ਅਖੰਡ ਪਾਠ ਸਾਹਿਬ ਸੁੱਖੇ ਕੋਈ ਗੱਲ ਨਹੀਂ ਸਹਿਜ ਪਾਠ ਕਰ ਲੈ ਉਨਾ ਹੀ ਮਾਤਾ ਪਰ ਕਿਸੇ ਕੋਲੋਂ ਕਰਾਉਣ ਨਾਲੋਂ ਜੇ ਤੂੰ ਆਪ ਕਰੇ ਨਾ ਤਾਂ ਪਤਾ ਨਹੀਂ ਕਿਹੜੀਆਂ ਕਿਹੜੀਆਂ ਦਾਤਾਂ ਗੁਰੂ ਗੋਬਿੰਦ ਸਿੰਘ ਤੇਰੀ ਝੋਲੀ 'ਚ ਪਾ ਦੇ ਇਹ ਉਹਨਾਂ ਦੀ ਕਿਤਾਬ 'ਚ ਜ਼ਿਕਰ ਲਿਖਿਆ ਸਿੱਖ ਨੇ ਕਿਹਾ ਉਹ ਬੀਬੀ ਦੇ ਅਸਰ ਹੋ ਗਿਆ ਔਰ ਜ਼ਿਕਰ ਲਿਖਿਆ ਉਸ ਬੀਬੀ ਨੇ ਪਹਿਲਾ ਸਹਿਜ ਪਾਠ ਆਪ ਕੀਤਾ ਫਿਰ ਦੂਜਾ ਤੀਜਾ ਚੌਥਾ ਪੰਜਵਾਂ ਗਿਆਰਵਾਂ ਵੀਹਵਾਂ ਪੰਜੀਵਾਂ ਤੀਵਾਂ ਪੈਂਤੀਵਾਂ ਤੁਰੀ ਮੈਂ ਗਿਣਤੀ ਪੂਰੀ ਵੀ ਕਹਿੰਦੇ ਉਸ ਬੀਬੀ ਨੇ ਸਾਧ ਸੰਗਤ 50 ਸਹਿਜ ਪਾਠ ਆਪ ਕੀਤੇ 50 ਤੱਕ ਪਹੁੰਚੀ ਸੁਣ ਲਿਓ ਜਰਾ ਪਹਿਲੀ ਕਲਾਸ ਗੁਰਬਾਣੀ ਪੜ੍ਹਨ ਲਈ ਉੱਦਮ ਕਰਨਾ ਇਹ ਕਿਤਾਬ 'ਚ ਕੀ ਲਿਖਿਆ ਕਹਿੰਦੇ ਉਸ ਬੀਬੀ ਨੇ ਇੰਨਾ ਹੀ ਮਹਾਂਪੁਰਸ਼ਾਂ ਦਾ ਬਚਨ ਮੰਨ ਕੇ ਕਰਾਉਣ ਨਾਲੋਂ ਆਪ ਕਿਤੇ ਹੋ ਜਾਵੇ ਅਤੇ ਹੋਰ ਵਧੀਆ ਉੱਦਮ ਆ ਗਿਆ ਉੱਦਮ ਉਹਨਾਂ ਫਿਰ ਕਿਤਾਬ 'ਚ ਲਿਖਿਆ ਮਹਾਂਪੁਰਸ਼ਾਂ ਨੂੰ ਜਦੋਂ 50 ਸਹਿਜ ਪਾਠ ਤੱਕ ਕਰ ਲਏ ਆਪ ਅਤੇ 50 ਸਹਿਜ ਪਾਠ ਕਰਦਿਆਂ ਇੰਨੀ ਕਿਰਪਾ ਹੋ ਗਈ ਕਿ ਆਤਮਕ ਰਸ ਜਿਹੜਾ ਉਹ ਸਾਧ ਸੰਗਤ ਮਿਲਣਾ ਸ਼ੁਰੂ ਹੋ ਗਿਆ ਰਸ ਤੱਕ ਪਹੁੰਚ ਗਈ ਆਪੋ ਸਾਧਨਾ ਉਹ 50 ਸਹਿਜ ਪਾਠ ਆਪ ਕਰਦਿਆਂ ਇੰਨੀ ਕਿਰਪਾ ਹੋ ਗਈ ਜਿਹੜੀਆਂ ਅਗਲੀਆਂ ਕਲਾਸਾਂ ਨੇ ਨਾ ਅਗਾਂਹ ਤੁਸੀਂ ਸਰਵਨ ਕਰਨੀ ਹੈ ਕਹਿੰਦੇ ਉਹ ਅਗਲੇ ਰੰਗ ਅਗਲੀਆਂ ਕਲਾਸਾਂ ਅਗਲੇ ਰਸ ਉਸ ਬੀਬੀ ਦੇ ਜੀਵਨ ਵਿੱਚ ਆਉਣੇ ਸ਼ੁਰੂ ਹੋ ਗਏ ਕਿਉਂ ਪਹਿਲੀ ਕਲਾਸ ਚੜ੍ਹ ਗਈ ਅਤੇ ਉਸ ਤੋਂ ਬਾਅਦ ਅਗਲੀਆਂ ਆਪਣੇ ਆਪ ਸ਼ੁਰੂ ਹੋ ਗਈਆਂ ਔਰ ਤੀਜਾ ਬਚਨ ਲਿਖਿਆ ਬਾਬਾ ਹਰਨਾਮ ਸਿੰਘ ਜੀ ਨੇ ਆਪ ਆਪਣੀ ਕਲਮ ਨਾਲ ਕਹਿੰਦੇ ਉਹ 50 ਸਹਿਜ ਪਾਠ ਕਰਨ ਨਾਲ ਪਹਿਲੀ ਕਲਾਸ ਗੁਰਬਾਣੀ ਪੜ੍ਹਨ ਲਈ ਉੱਦਮ ਕਰਨਾ ਇਹਦੇ ਵਿੱਚ ਸ਼ੁਰੂ ਹੋਣ ਨਾਲ ਇਹ ਤੀਜਾ ਬਚਨ ਲਿਖਿਆ ਉੱਥੇ ਮਹਾਂਪੁਰਸ਼ਾਂ ਨੇ ਕਹਿੰਦੇ ਉਸ ਬੀਬੀ 'ਤੇ ਇੰਨੀ ਕਿਰਪਾ ਹੋ ਗਈ ਕਿ ਉਸ ਬੀਬੀ ਦੇ ਕੋਲ ਵੀ ਕੋਈ ਬਹਿ ਜਾਵੇ ਅਤੇ ਉਹਦੇ ਅੰਦਰ ਵੀ ਚੰਗੀਆਂ ਚੀਜ਼ਾਂ ਦੀ ਸ਼ਕਤੀ ਆ ਜਾਂਦੀ ਸੀ ਬੜੀ ਬੜਾ ਪਿਆਰੀ ਬਾਤ ਵਾਈਬ੍ਰੇਸ਼ਨ ਉਸ ਬੀਬੀ ਦਾ ਇੰਨਾ ਰਸ ਵੱਧ ਗਿਆ ਕਿ ਉਹਦੇ ਕੋਲ ਵੀ ਕੋਈ ਬਹਿ ਜਾਂਦਾ ਸੀ ਨਾ ਅਤੇ ਉਹਦੇ ਅੰਦਰ ਵੀ ਚੰਗੇ ਕੰਮਾਂ ਦੀ ਸ਼ਕਤੀ ਆਉਣ ਲੱਗ ਪੈਂਦੀ ਸੀ ਕਿ ਵਾਈਬ੍ਰੇਸ਼ਨ ਐਸੀ ਨਾਮ ਵਾਲੀ ਬਣ ਗਈ ਬਣੀ ਕਿੱਥੋਂ ਆ ਗੁਰੂ ਨਾਨਕ ਦੀ
ਘਰ ਦੀ ਪਹਿਲੀ ਕਲਾਸ ਗੁਰਬਾਣੀ ਪੜ੍ਹਨ ਲਈ ਉੱਦਮ ਕਰਨਾ।